ਹੈਲੋ ਦੋਸਤੋ, ਲਰਨ ਡੇਲੀ 'ਤੇ ਤੁਹਾਡਾ ਸਵਾਗਤ ਹੈ। ਤਾਂ ਅਗਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਔਰ ਵੀਡੀਓ ਨੂੰ ਕਰ ਦੇਣਾ ਲਾਈਕ ਔਰ ਸ਼ੇਅਰ। ਜੇਕਰ ਤੁਸੀਂ ਪੰਜਾਬ ਦੇ ਜਾਂ ਫਿਰ ਇੰਡੀਆ ਲੈਵਲ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਜੀਕੇ ਜੀਐਸ ਦੀਆਂ ਕਲਾਸ ਦੇ ਲਈ ਲਰਨ ਡੇਲੀ ਦੇ ਨਾਲ ਜੁੜ ਸਕਦੇ ਹੋ, ਕਿਉਂਕਿ ਇੱਥੇ ਮਿਲਦੇ ਨੇ ਬਹੁਤ ਹੀ ਮੋਸਟ ਇੰਪੋਰਟੈਂਟ ਕੁਐਸਚਨਸ ਜਿਹੜੇ ਕਿ ਆਪਣੇ ਇਗਜ਼ਾਮਸ ਦੇ ਵਿੱਚ ਰਿਪੀਟਡ ਦੇਖਣ ਨੂੰ ਮਿਲਦੇ ਨੇ। ਠੀਕ ਹੈ, ਅਤੇ ਉਹਨਾਂ ਦੇ ਨਾਲ ਜਿਹੜੀ ਹੁੰਦੀ ਹੈ, ਉਹਨਾਂ ਦੇ ਰਿਲੇਟਡ ਕੁਐਸਚਨਸ ਦੇ ਨਾਲ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਉਹ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ। ਤਾਂ ਕਰਦੇ ਹਾਂ ਅੱਜ ਦੀ ਕਲਾਸ ਦੀ ਸ਼ੁਰੂਆਤ ਪਹਿਲੇ ਕੁਐਸਚਨ ਦੇ ਨਾਲ। ਤਾਂ ਫਸਟ ਕੁਐਸਚਨ ਹੈ ਅੱਜ ਦੀ ਕਲਾਸ ਦਾ ਆਪਣਾ, ਭਾਰਤ ਦੇ ਸੰਵਿਧਾਨ ਦੇ ਅਨੁਸਾਰ ਮੱਧਵਰਤੀ ਪੱਧਰ 'ਤੇ ਪੰਚਾਇਤਾਂ ਦਾ ਗਠਨ ਅਜਿਹੇ ਰਾਜ ਵਿੱਚ ਨਹੀਂ ਕੀਤਾ ਜਾ ਸਕਦਾ ਜਿਸ ਦੀ ਆਬਾਦੀ ਵੱਧ ਹੋਵੇ। ਤਾਂ ਇਸਦਾ ਜੋ ਆਪਣੇ ਕੋਲ ਆਨਸਰ ਬਣੇਗਾ ਉਹ ਇਹਨਾਂ ਚਾਰ ਆਪਸ਼ਨਾਂ ਦੇ ਵਿੱਚੋਂ ਕਿਹੜਾ ਹੋਏਗਾ ਜੀ, 30 ਲੈਕਸ, 40 ਲੈਕਸ, 10 ਲੈਕਸ ਜਾਂ ਫਿਰ 20 ਲੈਕਸ। ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਜੀ ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਡੀ, 20 ਲੈਕਸ ਇਜ਼ ਦੀ ਕਰੈਕਟ ਆਨਸਰ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ 'ਤੇ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਫਸਟ ਹੈਲਥ ਮਿਨਿਸਟਰ ਆਫ ਇੰਡੀਪੈਂਡੈਂਟ ਇੰਡੀਆ ਵਾਸ, ਕਿ ਭਾਰਤ ਦਾ, ਆਜ਼ਾਦ ਭਾਰਤ ਦਾ ਪਹਿਲਾ ਸਿਹਤ ਮੰਤਰੀ ਕੌਣ ਸੀ? ਮੌਲਾਨਾ ਅਬਦੁਲ ਕਲਾਮ ਆਜ਼ਾਦ, ਸਰਦਾਰ ਵੱਲਭ ਭਾਈ ਪਟੇਲ ਜੀ, ਵਿਜੇ ਲਕਸ਼ਮੀ ਪੰਡਿਤ ਜਾਂ ਫਿਰ ਰਾਜਕੁਮਾਰੀ ਅੰਮ੍ਰਿਤ। ਤਾਂ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਡੀ ਇਸ ਦੀ ਕਰੈਕਟ ਆਨਸਰ, ਕਿ ਜਿਹੜੀ ਰਾਜਕੁਮਾਰੀ ਅੰਮ੍ਰਿਤਾ ਕੌਰ ਜੀ ਸੀਗੇ ਉਹ ਆਪਣੇ ਆਜ਼ਾਦ ਭਾਰਤ ਦੇ ਪਹਿਲੇ ਸਿਹਤ ਮੰਤਰੀ ਸੀ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਇਨੋਗਰਲ ਸੈਸ਼ਨ ਆਫ ਦੀ ਸੁਪਰੀਮ ਕੋਰਟ ਆਫ ਇੰਡੀਆ ਟੁੱਕ ਪਲੇਸ ਔਨ, ਕਿ ਭਾਰਤ ਦੀ ਸੁਪਰੀਮ ਕੋਰਟ ਦਾ ਉਦਘਾਟਨ ਸੈਸ਼ਨ ਨੂੰ ਹੋਇਆ ਸੀ, ਜਿਹੜਾ ਭਾਰਤ ਦੀ ਸੁਪਰੀਮ ਕੋਰਟ ਦਾ ਉਦਘਾਟਨ ਹੋਇਆ ਸੀ ਉਹ ਕਿਹੜੀ ਤਾਰੀਖ ਨੂੰ, ਕਿਹੜੇ ਸੰਨ ਵਿੱਚ ਹੋਇਆ ਸੀ? 28 ਜਨਵਰੀ 1950 ਦੇ ਵਿੱਚ, 29 ਜਨਵਰੀ 1950 ਦੇ ਵਿੱਚ, 31 ਜਨਵਰੀ 1950 ਦੇ ਵਿੱਚ ਜਾਂ ਫਿਰ 26 ਜਨਵਰੀ 1950 ਨੂੰ। ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਜੀ ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਏ, ਆਪਸ਼ਨ ਨੰਬਰ ਏ ਦੀ ਕਰੈਕਟ ਆਨਸਰ, ਕਿ 28 ਜਨਵਰੀ 1950 ਨੂੰ ਜਿਹੜਾ ਸੀਗਾ ਉਹ ਸੁਪਰੀਮ ਕੋਰਟ ਦਾ ਉਦਘਾਟਨ ਹੋਇਆ ਸੀ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ 'ਤੇ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਹੈਡਡ ਦੀ ਪ੍ਰੋਵਿੰਸ਼ੀਅਲ ਕੌਂਸਟੀਟਿਊਸ਼ਨ ਕਮੇਟੀ, ਸੂਬਾਈ ਸੰਵਿਧਾਨ ਕਮੇਟੀ ਦੀ ਅਗਵਾਈ ਕਿਸਨੇ ਕੀਤੀ ਸੀ? ਡਾਕਟਰ ਰਜਿੰਦਰ ਪ੍ਰਸਾਦ ਨੇ, ਸਰਦਾਰ ਵੱਲਭ ਭਾਈ ਪਟੇਲ ਜੀ ਨੇ, ਵੀ ਪੀ ਮਨੋਹਰ ਨੇ ਜਾਂ ਫਿਰ ਜਵਾਹਰ ਲਾਲ ਨਹਿਰੂ ਜੀ ਨੇ। ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਜੀ ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਬੀ, ਸਰਦਾਰ ਵੱਲਭ ਭਾਈ ਪਟੇਲ ਜੀ ਦੁਆਰਾ ਸੂਬਾਈ ਸੰਵਿਧਾਨ ਕਮੇਟੀ ਦੀ ਅਗਵਾਈ ਕੀਤੀ ਗਈ ਸੀ। ਨੈਕਸਟ ਕੁਐਸਚਨ ਹੈ, ਵੈਨ ਵਾਜ਼ ਦੀ ਫਸਟ ਕੌਂਸਟੀਟਿਊਟ ਅਸੈਂਬਲੀ ਇਲੈਕਸ਼ਨ ਹੈਲਡ ਇਨ ਇੰਡੀਆ, ਕਿ ਭਾਰਤ ਵਿੱਚ ਪਹਿਲੀ ਸੰਵਿਧਾਨ ਸਭਾ ਚੋਣ ਕਦੋਂ ਹੋਈ ਸੀ? ਭਾਰਤ ਵਿੱਚ ਪਹਿਲੀ ਸੰਵਿਧਾਨ ਸਭਾ ਚੋਣ ਕਦੋਂ ਹੋਈ ਸੀ? 1947 ਦੇ ਵਿੱਚ, 1946 ਦੇ ਵਿੱਚ, 1949 ਦੇ ਵਿੱਚ ਜਾਂ ਫਿਰ 1948 ਦੇ ਵਿੱਚ। ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਜੀ ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਬੀ, 1946 ਦੇ ਵਿੱਚ ਪਹਿਲੀ ਸੰਵਿਧਾਨ ਸਭਾ ਬਣੀ ਸੀ। ਸੰਵਿਧਾਨ ਸਭਾ ਕੀ ਸੀ ਜੀ? ਕੈਬਨਿਟ ਮਿਸ਼ਨ। ਤਾਂ ਕੈਬਨਿਟ ਮਿਸ਼ਨ ਜਿਹੜਾ ਸੀਗਾ ਇਹ ਆਪਣੇ ਇੰਡੀਆ ਦੇ ਵਿੱਚ ਕਦੋਂ ਆਇਆ ਸੀ? 1946 ਦੇ ਵਿੱਚ ਆਇਆ ਸੀ। ਉਸੇ ਸਮੇਂ 'ਤੇ ਦੀ ਕੀ ਹੋਈ ਸੀ? ਪਹਿਲੀ ਮੀਟਿੰਗ ਹੋਈ ਸੀ। ਚੱਲਦੇ ਹਾਂ ਨੈਕਸਟ ਕੁਐਸਚਨ 'ਤੇ। ਨੈਕਸਟ ਕੁਐਸਚਨ ਹੈ, ਇਨ ਵਿੱਚ ਈਅਰ ਡਿੱਡ ਮੋਤੀਲਾਲ ਨਹਿਰੂ, ਜਿਹੜੇ ਕਿ ਚੇਅਰਮੈਨ ਸੀ ਉਸ ਸਮੇਂ, ਐਂਡ 8 ਅਦਰ ਕਾਂਗਰਸ ਲੀਡਰਸ
ਡਰਾਫਟ ਆ ਕੋਨਸਟੀਟਿਊਸ਼ਨ ਫੋਰ ਇੰਡੀਆ ਕਿ ਮੋਤੀ ਲਾਲ ਨਹਿਰੂ ਜੀ ਅਤੇ 8 ਹੋਰ ਕਾਂਗਰਸ ਨੇਤਾਵਾਂ ਨੇ ਕਿਸ ਸਾਲ ਭਾਰਤ ਲਈ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਸੀ। ਇੱਥੇ ਯਾਦ ਰੱਖਣਾ ਕਿ ਕਿਹਦੀ ਗੱਲ ਕਰ ਰਹੇ, ਖਰੜਾ ਤਿਆਰ ਕਰਨਾ ਮਤਲਬ ਕਿ ਇੱਕ ਬੇਸ ਤਿਆਰ ਕਰਨਾ ਸੰਵਿਧਾਨ ਨੂੰ ਬਣਾਉਣ ਦੇ ਲਈ। ਤਾਂ ਉਸਦਾ ਜੋ ਆਪਣੇ ਕੋਲ ਇਹਨਾਂ ਦੇ ਵਿੱਚੋਂ ਕੀ ਆਂਸਰ ਬਣੇਗਾ ਜੀ, 1925 ਵਿੱਚ, 1950 ਵਿੱਚ, 1928 ਵਿੱਚ ਜਾਂ ਫਿਰ 1930 ਦੇ ਵਿੱਚ। ਤਾਂ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ, ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਸੀ। ਤਾਂ 1928 ਦੇ ਵਿੱਚ ਜਿਹੜਾ ਸੀਗਾ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਗਿਆ ਸੀ। 1928 ਦੇ ਵਿੱਚ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਗਿਆ ਸੀ ਅਤੇ ਭਾਰਤ ਦਾ ਸੰਵਿਧਾਨ ਜਿਹੜਾ ਸੀਗਾ ਇਹ 26 ਨਵੰਬਰ 1949 ਨੂੰ, ਹਾਂ 26 ਨਵੰਬਰ 1949 ਨੂੰ ਜਿਹੜਾ ਭਾਰਤ ਦਾ ਸੰਵਿਧਾਨ ਸੀ ਉਹ ਬਣ ਕੇ ਤਿਆਰ ਹੋ ਗਿਆ ਸੀ ਅਤੇ 26 ਜਨਵਰੀ 1950 ਨੂੰ ਜਿਹੜਾ ਸੀਗਾ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਇਸ ਚੀਜ਼ ਦੇ ਵਿੱਚ ਧਿਆਨ ਰੱਖਣਾ ਕਿ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਅਤੇ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਜਿਹੜਾ ਸੀਗਾ ਉਹ ਲਾਗੂ ਹੋਇਆ ਸੀ ਭਾਰਤ 'ਤੇ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ 'ਤੇ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਆਈਡੀਆ ਆਫ ਰੈਜ਼ੀਡੂਅਲ ਪਾਵਰਸ ਇਨ ਦੀ ਇੰਡੀਅਨ ਕੋਨਸਟੀਟਿਊਸ਼ਨ ਹੈਜ਼ ਬੀਨ ਟੇਕਨ ਫਰੋਮ ਦੀ ਕੋਨਸਟੀਟਿਊਸ਼ਨ ਆਫ, ਕਿ ਭਾਰਤੀ ਸੰਵਿਧਾਨ ਵਿੱਚ ਬਚੀਆਂ ਸ਼ਕਤੀਆਂ ਦਾ ਵਿਚਾਰ ਜਿਹੜਾ ਹੈਗਾ ਇਹਨਾਂ ਦੇ ਸੰਵਿਧਾਨ ਤੋਂ ਲਿਆ ਗਿਆ। ਤਾਂ ਇਹਨਾਂ ਵਿੱਚੋਂ ਕਿਹੜੇ ਦੇਸ਼ ਤੋਂ ਜਿਹੜਾ ਹੈਗਾ ਭਾਰਤ ਦੇ ਸੰਵਿਧਾਨ ਨੇ ਬਚੀਆਂ ਸ਼ਕਤੀਆਂ ਦਾ ਵਿਚਾਰ ਜਿਹੜਾ ਲਿਆ ਹੈ, ਸਾਊਥ ਅਫਰੀਕਾ, ਜਾਪਾਨ, ਕੈਨੇਡਾ ਜਾਂ ਫਿਰ USA? ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ, ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਬੀ, ਕੈਨੇਡਾ। ਇਹ ਬਚੀਆਂ ਸ਼ਕਤੀਆਂ ਦਾ ਜਿਹੜਾ ਵਿਚਾਰ ਸੀਗਾ ਉਹ ਭਾਰਤ ਨੇ ਕਿਸ ਤੋਂ ਲਿਆ ਜੀ, ਕੈਨੇਡਾ ਤੋਂ ਲਿਆ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ 'ਤੇ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਪਾਵਰ ਆਫ ਜੁਡੀਸ਼ਲ ਰਿਵਿਊ ਇਨ ਦੀ ਇੰਡੀਅਨ ਕੋਨਸਟੀਟਿਊਸ਼ਨ ਐਂਡ ਦੀ ਪ੍ਰੋਵੀਜ਼ਨ ਆਫ ਇੰਡੀਪੈਂਡੈਂਸ ਆਫ ਜੁਡੀਸ਼ਰੀ ਇਜ਼ ਟੇਕਨ ਫਰੋਮ ਵਿਚ ਕੰਟਰੀ। ਭਾਰਤੀ ਸੰਵਿਧਾਨ ਵਿੱਚ ਨਿਆਇਕ ਸਮੀਖਿਆ ਦੀ ਸ਼ਕਤੀ ਅਤੇ ਨਿਆਂਪਾਲਿਕਾ ਦੀ ਸੁਤੰਤਰਤਾ ਦੀ ਵਿਵਸਥਾ ਕਿਸ ਦੇਸ਼ ਤੋਂ ਲਈ ਗਈ ਹੈ? ਆਸਟ੍ਰੇਲੀਆ ਤੋਂ, ਜਰਮਨੀ ਤੋਂ, ਜਾਪਾਨ ਤੋਂ ਜਾਂ ਫਿਰ ਅਮੈਰੀਕਾ ਤੋਂ? ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ, ਉਹ ਬਣ ਜਾਂਦਾ ਆਪਣੇ ਕੋਲ ਆਪਸ਼ਨ ਨੰਬਰ ਡੀ, ਅਮੈਰੀਕਾ ਤੋਂ। ਨਿਆਂ ਸਮੀਖਿਆ ਦੀ ਸ਼ਕਤੀ ਜਿਹੜੀ ਸੀਗੀ, ਠੀਕ ਹੈ, ਇਹ ਕਿਸ ਤੋਂ ਲਈ ਗਈ ਸੀਗੀ ਭਾਰਤ ਦੇ ਸੰਵਿਧਾਨ ਦੇ ਵਿੱਚ? ਅਮੈਰੀਕਾ ਤੋਂ। ਇਸੇ ਤਰੀਕੇ ਨਾਲ ਨੈਕਸਟ ਕੁਐਸਚਨ ਹੈ ਆਪਣੇ ਕੋਲ, ਫਾਈਨੈਂਸ਼ੀਅਲ ਐਮਰਜੈਂਸੀ ਪ੍ਰੋਵੀਜ਼ਨਸ ਆਫ ਇੰਡੀਅਨ ਕੋਨਸਟੀਟਿਊਸ਼ਨ ਹੈਜ਼ ਬੀਨ ਬੋਰਡ ਫਰੋਮ, ਕਿ ਭਾਰਤੀ ਸੰਵਿਧਾਨ ਦੇ ਵਿੱਤੀ ਐਮਰਜੈਂਸੀ ਦੇ ਪ੍ਰਬੰਧ ਡੈਸ਼ ਤੋਂ ਉਧਾਰ ਲਏ ਗਏ ਹਨ? ਕੈਨੇਡੀਅਨ ਕੋਨਸਟੀਟਿਊਸ਼ਨ ਤੋਂ, ਅਮੈਰੀਕਨ ਕੋਨਸਟੀਟਿਊਸ਼ਨ ਤੋਂ, ਰਿਸ਼ੀਅਨ ਕੋਨਸਟੀਟਿਊਸ਼ਨ ਤੋਂ ਜਾਂ ਫਿਰ ਜਰਮਨ ਕੋਨਸਟੀਟਿਊਸ਼ਨ ਤੋਂ? ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ, ਉਹ ਬਣ ਜਾਂਦਾ ਆਪਣੇ ਕੋਲ ਆਪਸ਼ਨ ਨੰਬਰ ਡੀ, ਜਰਮਨ ਕੋਨਸਟੀਟਿਊਸ਼ਨ ਤੋਂ ਜਿਹੜਾ ਸੀਗਾ ਭਾਰਤ ਨੇ ਐਮਰਜੈਂਸੀ ਦੇ ਪ੍ਰਬੰਧਾਂ ਨੂੰ ਕੀ ਸੀਗਾ, ਉਧਾਰ ਲਿਆ ਸੀਗਾ। ਤਾਂ ਐਮਰਜੈਂਸੀ ਜਿਹੜੀ ਆਪਣੇ ਕੋਲ ਆ ਜਾਂਦੀ ਆਪਣੇ ਸੰਵਿਧਾਨ ਦੇ ਵਿੱਚ ਐਮਰਜੈਂਸੀ, ਠੀਕ ਹੈ, ਐਮਰਜੈਂਸੀ ਆਉਂਦੀ ਹੈ ਤਾਂ 3 ਤਰੀਕੇ ਦੀਆਂ ਐਮਰਜੈਂਸੀਸ ਆਉਂਦੀਆਂ ਨੇ, ਕਿਹੜੀਆਂ ਕਿਹੜੀਆਂ? ਫਸਟ ਆਪਣੇ ਕੋਲ ਆਉਂਦੀ ਹੈ ਨੈਸ਼ਨਲ ਐਮਰਜੈਂਸੀ, ਸੈਕਿੰਡ ਆਪਣੇ ਕੋਲ ਆਉਂਦੀ ਹੈ ਸਟੇਟ ਐਮਰਜੈਂਸੀ, ਔਰ ਥਰਡ ਆਪਣੇ ਕੋਲ ਆਉਂਦੀ ਹੈ ਫਾਈਨੈਂਸ਼ੀਅਲ ਐਮਰਜੈਂਸੀ। ਤਾਂ ਜਿਹੜੀ ਨੈਸ਼ਨਲ ਐਮਰਜੈਂਸੀ ਆ ਉਹ ਆਪਣੇ ਕੋਲ ਕਿੰਨੇ ਦੇ ਵਿੱਚ ਆਉਂਦੀ ਹੈ? 352 ਨੰਬਰ ਆਰਟੀਕਲ ਦੇ ਵਿੱਚ ਆਉਂਦੀ ਹੈ। ਸਟੇਟ ਐਮਰਜੈਂਸੀ ਜੋ ਆਪਣੇ ਕੋਲ ਹੈ ਉਹ 356 ਨੰਬਰ ਆਰਟੀਕਲ ਦੇ ਵਿੱਚ ਆਉਂਦੀ ਹੈ, ਔਰ ਫਾਈਨੈਂਸ਼ੀਅਲ ਐਮਰਜੈਂਸੀ ਜਿਹੜੀ ਹੈਗੀ ਹੈ ਉਹ ਆਪਣੇ ਕੋਲ 360 ਨੰਬਰ ਆਰਟੀਕਲ ਦੇ ਵਿੱਚ ਆਉਂਦੀ ਹੈ। ਤਾਂ ਜਿਹੜੀ ਨੈਸ਼ਨਲ ਐਮਰਜੈਂਸੀ ਹੈ ਜੀ ਉਹ ਹੁਣ ਤੱਕ ਇੰਡੀਆ ਦੇ ਵਿੱਚ 3 ਵਾਰ ਲੱਗ ਚੁੱਕੀ ਹੈ, ਔਰ ਜੋ ਸਟੇਟ ਐਮਰਜੈਂਸੀ ਹੈ ਜੇ ਸਭ ਤੋਂ ਜ਼ਿਆਦਾ ਵਾਰ ਗੱਲ ਕਰੀਏ ਤਾਂ ਇਹ ਲੱਗ ਚੁੱਕੀ ਹੈ ਮਣੀਪੁਰ ਦੇ ਵਿੱਚ,
ਕਿੰਨੀ ਵਾਰ? 10 ਵਾਰ। ਔਰ 9 ਵਾਰ ਲੱਗ ਚੁੱਕੀ ਹੈ ਜੀ ਯੂਪੀ ਦੇ ਵਿੱਚ, ਔਰ 8 ਵਾਰ ਲੱਗ ਚੁੱਕੀ ਹੈ ਕਿੱਥੇ? ਪੰਜਾਬ ਦੇ ਵਿੱਚ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ 'ਤੇ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਵਿਚ ਆਫ ਦੀ ਫੋਲੋਇੰਗ ਆਰਟੀਕਲਸ ਪ੍ਰਮੋਟ ਇਕੁਅਲ ਜਸਟਿਸ ਐਂਡ ਫਰੀ ਲੀਗਲ ਐਡ ਫੋਰ ਆਲ ਸਿਟੀਜ਼ਨਸ, ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਜਿਹੜਾ ਹੈਗਾ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਲੇਖ ਸਾਰੇ ਨਾਗਰਿਕਾਂ ਲਈ ਬਰਾਬਰ ਨਿਆਂ ਅਤੇ ਮੁਫਤ ਕਾਨੂੰਨੀ ਸਿੱਖਿਆ ਦਾ ਪ੍ਰਚਾਰ ਕਰਦਾ ਹੈ? 39A, 32A, 43A ਜਾਂ ਫਿਰ 48A? ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ, ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਏ। ਆਪਸ਼ਨ ਨੰਬਰ ਏ ਇਜ਼ ਦੀ ਕਰੈਕਟ ਆਂਸਰ, ਕਿ 39A ਨੰਬਰ ਆਰਟੀਕਲ ਦੇ ਵਿੱਚ ਕੀ ਹੈਗਾ ਹੈ, ਆਪਾਂ ਨੂੰ ਨਾਗਰਿਕਾਂ ਲਈ ਬਰਾਬਰ ਨਿਆਂ ਅਤੇ ਮੁਫਤ ਕਾਨੂੰਨੀ ਸਹਾਇਤਾ ਦਾ ਪ੍ਰਚਾਰ ਕੀਤਾ ਗਿਆ ਹੈ। ਅਤੇ ਇਹ 39A ਜਿਹੜਾ ਆਰਟੀਕਲ ਹੈ, ਇਹ ਕਿਹੜੇ ਪਾਰਟ ਦੇ ਵਿੱਚ ਆਉਂਦਾ ਕੋਨਸਟੀਟਿਊਸ਼ਨ ਦੇ ਵਿੱਚ? ਤਾਂ ਇਹ ਆਉਂਦਾ ਜੀ ਆਪਣੇ ਕੋਲ DPSP ਦੇ ਵਿੱਚ, ਇਹ ਆਉਂਦਾ DPSP ਦੇ ਵਿੱਚ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਇਨ ਵਿੱਚ ਪਾਰਟ ਆਫ ਦੀ ਇੰਡੀਅਨ ਕੋਨਸਟੀਟਿਊਸ਼ਨ ਆਰ ਸੈਂਟਰ ਸਟੇਟ ਰਿਲੇਟਿਵਸ ਮੈਂਸ਼ਨਡ, ਕਿ ਭਾਰਤੀ ਸੰਵਿਧਾਨ ਦੇ ਕਿਸ ਹਿੱਸੇ ਵਿੱਚ ਕੇਂਦਰ ਰਾਜ ਸੰਬੰਧਾਂ ਦਾ ਜ਼ਿਕਰ ਕੀਤਾ ਗਿਆ ਹੈ? ਕੇਂਦਰ ਅਤੇ ਰਾਜ ਸੰਬੰਧਾਂ ਦਾ ਜ਼ਿਕਰ ਕੀਤਾ ਗਿਆ ਹੈ ਕਿਹੜੇ ਪਾਰਟ ਦੇ ਵਿੱਚ? ਪਾਰਟ ਨੰਬਰ 4 ਦੇ ਵਿੱਚ, ਪਾਰਟ ਨੰਬਰ 11 ਦੇ ਵਿੱਚ, ਪਾਰਟ ਨੰਬਰ 10 ਦੇ ਵਿੱਚ, ਜਾਂ ਫਿਰ ਪਾਰਟ ਨੰਬਰ 12 ਦੇ ਵਿੱਚ? ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ, ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਬੀ, ਕਿ ਪਾਰਟ ਨੰਬਰ 11 ਦੇ ਵਿੱਚ ਆਰਟੀਕਲ ਨੰਬਰ 245 ਤੋਂ ਲੈ ਕੇ 255 ਦੇ ਅੰਦਰ ਕੀ ਹੈਗਾ ਹੈ, ਕੇਂਦਰ ਅਤੇ ਰਾਜਾਂ ਦਾ ਜਿਹੜਾ ਹੈਗਾ ਉਹ ਸੰਬੰਧ, ਉਹਨਾਂ ਦੇ ਸੰਬੰਧਾਂ ਦਾ ਜ਼ਿਕਰ ਕੀਤਾ ਗਿਆ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਪਾਵਰਸ ਪ੍ਰਿਵਿਜ਼ਨਸ ਐਂਡ ਇਮਿਊਨਿਟੀਜ਼ ਆਫ ਆਈਦਰ ਦੀ ਹਾਊਸ ਆਫ ਪਾਰਲੀਮੈਂਟ ਐਂਡ ਆਫ ਇਟਸ ਕਮੇਟੀਜ਼ ਐਂਡ ਮੈਂਬਰਸ ਹੈਵ ਮੇਨਲੀ ਬੀਨ ਲੇਡ ਡਾਊਨ ਇਨ ਆਰਟੀਕਲਸ ਡੈਸ਼ ਆਫ ਦੀ ਕੋਨਸਟੀਟਿਊਸ਼ਨ ਆਫ ਇੰਡੀਆ। ਮਤਲਬ ਜੇ ਸੰਸਦ ਦੇ ਸਦਨ ਅਤੇ ਇਸ ਦੀਆਂ ਕਮੇਟੀਆਂ ਅਤੇ ਮੈਂਬਰਾਂ ਦੀਆਂ ਸ਼ਕਤੀਆਂ, ਵਿਸ਼ੇਸ਼ ਅਧਿਕਾਰਾਂ ਅਤੇ ਛੋਟਾਂ ਨੂੰ ਮੁੱਖ ਤੌਰ 'ਤੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ ਡੈਸ਼ ਵਿੱਚ ਨਿਰਧਾਰਿਤ ਕੀਤਾ ਗਿਆ ਹੈ? ਤਾਂ ਕਿਹੜੇ ਅਨੁਛੇਦ ਦੇ ਵਿੱਚ ਹੈ ਜੀ, 115, 107, 105 ਜਾਂ ਫਿਰ 102 ਦੇ ਵਿੱਚ? ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ, ਉਹ ਬਣ ਜਾਂਦਾ ਆਪਣੇ ਕੋਲ ਆਪਸ਼ਨ ਨੰਬਰ ਸੀ, 105 ਨੰਬਰ ਅਨੁਛੇਦ ਦੇ ਵਿੱਚ ਇਸ ਸਭ ਨੂੰ ਕੀ ਕੀਤਾ ਗਿਆ, ਨਿਰਧਾਰਿਤ ਕੀਤਾ ਗਿਆ ਹੈ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ 'ਤੇ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ 6th ਸ਼ਡਿਊਲ ਆਫ ਦੀ ਇੰਡੀਅਨ ਕੋਨਸਟੀਟਿਊਸ਼ਨ ਡਜ਼ ਨੋਟ ਐਕਸਰਸਾਈਜ਼ ਇਟਸ ਕੰਟਰੋਲ ਟੂ ਦੀ ਟ੍ਰਿਬਲ ਏਰੀਆਜ਼ ਆਫ ਵਿਚ ਆਫ ਦੀ ਫੋਲੋਇੰਗ ਸਟੇਟਸ, ਕਿ ਭਾਰਤੀ ਸੰਵਿਧਾਨ ਦੀ 6ਵੀਂ ਅਨੁਸੂਚੀ ਹੇਠ ਲਿਖੇ ਰਾਜਾਂ ਵਿੱਚੋਂ ਕਿਹੜੇ ਕਬੀਲਾਈ ਖੇਤਰਾਂ ਵਿੱਚ ਆਪਣਾ ਨਿਯੰਤਰਣ ਨਹੀਂ ਵਰਤਦੀ? ਤਾਂ ਇਸ ਤੋਂ ਮੈਂ ਦੱਸਾਂ ਕਿ 6ਵੀਂ ਅਨੁਸੂਚੀ ਦੇ ਅੰਦਰ 4 ਰਾਜ ਆਉਂਦੇ ਨੇ, ਠੀਕ ਹੈ, 4 ਰਾਜ ਆਉਂਦੇ ਨੇ, ਮਤਲਬ ਕਿ 4 ਸਟੇਟਸ ਆਉਂਦੀਆਂ ਨੇ ਜਿਹੜੀਆਂ ਕਬੀਲਾ ਖੇਤਰ ਦੇ ਵਿੱਚ ਆਉਂਦੀਆਂ ਹਨ। ਤਾਂ ਇਹਨਾਂ ਨੇ ਕੀ ਪੁੱਛਿਆ ਜੀ, ਜਿਹੜੀ ਨਿਯੰਤਰਣ ਦੇ ਵਿੱਚ ਨਹੀਂ ਆਉਂਦੀ, ਮਤਲਬ ਕਿ ਇਹਨਾਂ 4 ਆਪਸ਼ਨ ਦੇ ਵਿੱਚੋਂ 3 ਆਪਸ਼ਨਸ ਜਿਹੜੀਆਂ ਹੈਗੀਆਂ ਨੇ ਉਹ 6ਵੀਂ ਅਨੁਸੂਚੀ ਦੇ ਵਿੱਚ ਆਉਂਦੀਆਂ ਨੇ ਅਤੇ 1 ਨਹੀਂ ਆਉਂਦੀ। ਤਾਂ ਉਹ ਆਪਣੇ ਕੋਲ ਕਿਹੜੀ ਹੈ ਜੀ, ਆਪਣਾ ਆਨਸਰ ਬਣ ਜਾਂਦਾ ਜੀ ਇੱਥੇ ਆਪਸ਼ਨ ਨੰਬਰ ਏ,
ਆਪਸ਼ਨ ਨੰਬਰ ਏ ਇਜ਼ ਦੀ ਕਰੈਕਟ ਆਨਸਰ ਕਿ ਜਿਹੜਾ ਮਣੀਪੁਰ ਹੈਗਾ ਹੈ ਇਹ 6ਵੀਂ ਅਨੁਸੂਚੀ ਦੇ ਵਿੱਚ ਨਹੀਂ ਆਉਂਦਾ। ਤਾਂ ਕਿਹੜੇ ਕਿਹੜੇ ਆਉਂਦੇ ਨੇ ਜੀ? ਆਪਣੇ ਕੋਲ ਪਹਿਲਾ ਆ ਜਾਂਦਾ ਤ੍ਰਿਪੁਰਾ, ਸੈਕਿੰਡ ਆ ਜਾਂਦਾ ਆਪਣੇ ਕੋਲ ਆਸਾਮ, ਔਰ ਥਰਡ ਆਪਣੇ ਕੋਲ ਆ ਜਾਂਦਾ ਮੇਘਾਲਿਆ, ਔਰ ਬਚਦਾ ਹੈ ਜੀ ਚੌਥਾ। ਤਾਂ ਚੌਥਾ ਕਿਹੜਾ ਜੀ ਆਪਣੇ ਕੋਲ? ਚੌਥਾ ਹੈਗਾ ਆਪਣੇ ਕੋਲ ਮਿਜ਼ੋਰਮ। ਮਿਜ਼ੋਰਮ ਇਹ ਚਾਰੋਂ ਸਟੇਟਸ ਕਿਹਦੇ ਵਿੱਚ ਆਉਂਦੀਆਂ ਨੇ? ਇਹ ਚਾਰੋਂ ਸਟੇਟਸ 6ਵੀਂ ਅਨੁਸੂਚੀ ਦੇ ਵਿੱਚ ਆਉਂਦੀਆਂ ਨੇ, ਜਿਨ੍ਹਾਂ ਨੂੰ ਆਪਾਂ ਕਬੀਲਾਈ ਖੇਤਰ ਵੀ ਕਹਿੰਦੇ ਹਾਂ, ਜਿੱਥੇ ਕਿ ਕਬੀਲਿਆਂ ਦੇ ਵਾਸ ਨੇ। ਤਾਂ ਚੱਲਦੇ ਆ ਨੈਕਸਟ ਕੁਸ਼ਚਨ 'ਤੇ। ਨੈਕਸਟ ਕੁਸ਼ਚਨ ਹੈ ਦੀ ਨੈਸ਼ਨਲ ਕਮਿਸ਼ਨ ਆਫ ਬੈਕਵਰਡ ਕਲਾਸਿਸ NCBC ਵਾਜ਼ ਫੋਰਮਡ ਬਾਏ ਇਨਸਰਸ਼ਨ ਆਫ ਆਰਟੀਕਲਸ ਡੈਸ਼ ਇਨ ਦੀ ਕੋਨਸਟੀਟਿਊਸ਼ਨ ਆਫ ਇੰਡੀਆ। ਮਤਲਬ ਕਿ ਪਛੜੀਆਂ ਸ਼੍ਰੇਣੀਆਂ ਲਈ ਰਾਸ਼ਟਰੀ ਕਮਿਸ਼ਨ NCBC ਦਾ ਗਠਨ ਭਾਰਤ ਦੇ ਸੰਵਿਧਾਨ ਵਿੱਚ ਆਰਟੀਕਲ ਨੰਬਰ ਡੈਸ਼ ਦੇ ਸੰਮਿਲਨ ਦੁਆਰਾ ਕੀਤਾ ਗਿਆ ਸੀ। 338B, 338A, 328B, 328A। ਤਾਂ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ, ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਏ, ਆਪਸ਼ਨ ਨੰਬਰ ਏ। ਤਾਂ 338 ਨੰਬਰ ਆਰਟੀਕਲ ਦੇ ਅਧੀਨ ਜਿਹੜੀਆਂ ਪਛੜੀਆਂ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਤਾਂ ਚੱਲਦੇ ਹਾਂ ਨੈਕਸਟ ਕੁਸ਼ਚਨ 'ਤੇ। ਨੈਕਸਟ ਕੁਸ਼ਚਨ ਹੈ ਆਪਣੇ ਕੋਲ, ਵਿੱਚ ਅਮੈਂਡਮੈਂਟ ਆਫ ਦੀ ਕੋਨਸਟੀਟਿਊਸ਼ਨ ਇਜ਼ ਕਾਲਡ ਐਜ਼ ਮਿੰਨੀ ਕੋਨਸਟੀਟਿਊਸ਼ਨ ਆਫ ਇੰਡੀਆ ਐਂਡ ਵਾਜ਼ ਵਰਟ ਇਨ ਡਿਊਰਿੰਗ ਦੀ ਨੈਸ਼ਨਲ ਐਮਰਜੈਂਸੀ ਇਨ ਦੀ ਈਅਰ ਆਫ 1976 1976। ਕਿ ਸੰਵਿਧਾਨ ਦੀ ਕਿਹੜੀ ਸੋਧ ਨੂੰ ਭਾਰਤ ਦਾ ਛੋਟਾ ਸੰਵਿਧਾਨ ਕਿਹਾ ਜਾਂਦਾ ਹੈ, ਅਤੇ ਸਾਲ 1976 ਵਿੱਚ ਰਾਸ਼ਟਰੀ ਐਮਰਜੈਂਸੀ ਦੌਰਾਨ ਲਿਆਂਦਾ ਗਿਆ ਸੀ? 54th, 25th, 24th ਜਾਂ ਫਿਰ 42nd। ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ, ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਡੀ, ਆਪਸ਼ਨ ਨੰਬਰ ਡੀ। ਤਾਂ ਜਿਹੜੀ 42nd ਆਪਣੇ ਕੋਲ ਅਮੈਂਡਮੈਂਟ ਹੈ, ਠੀਕ ਹੈ, ਉਸੇ ਨੂੰ ਆਪਾਂ ਕੀ ਕਹਿੰਦੇ ਹਾਂ? ਭਾਰਤ ਦਾ ਮਿੰਨੀ ਕੋਨਸਟੀਟਿਊਸ਼ਨ ਕਹਿੰਦੇ ਹਾਂ, ਛੋਟਾ ਸੰਵਿਧਾਨ ਕਹਿੰਦੇ ਹਾਂ, ਜਿਹਨੂੰ ਕੀ ਕੀਤਾ ਗਿਆ ਸੀਗਾ ਜੀ 1976 ਦੇ ਵਿੱਚ ਰਾਸ਼ਟਰੀ ਐਮਰਜੈਂਸੀ ਦੌਰਾਨ ਲਿਆਂਦਾ ਗਿਆ ਸੀ। ਤਾਂ ਚੱਲਦੇ ਹਾਂ ਨੈਕਸਟ ਕੁਸ਼ਚਨ 'ਤੇ। ਨੈਕਸਟ ਕੁਸ਼ਚਨ ਹੈ, ਹੂ ਅਪੋਇੰਟਸ ਦੀ ਐਡਵੋਕੇਟ ਜਨਰਲ ਆਫ ਸਟੇਟ। ਤਾਂ ਸਟੇਟ ਦਾ ਜਿਹੜਾ ਐਡਵੋਕੇਟ ਜਨਰਲ ਹੁੰਦਾ ਹੈ, ਠੀਕ ਹੈ, ਰਾਜਾਂ ਦੇ ਐਡਵੋਕੇਟ ਜਨਰਲ ਦੀ ਨਿਯੁਕਤੀ ਕੌਣ ਕਰਦਾ? ਤਾਂ ਉੱਥੇ ਸਟੇਟ ਦਾ ਜਿਹੜਾ ਐਡਵੋਕੇਟ ਜਨਰਲ ਹੁੰਦਾ, ਉਹਦੀ ਨਿਯੁਕਤੀ ਕੌਣ ਕਰਦਾ? ਗਵਰਨਰ ਆਫ ਦੀ ਸਟੇਟ, ਚੀਫ ਮਿਨਿਸਟਰ ਆਫ ਦੀ ਸਟੇਟ, ਚੀਫ ਜਸਟਿਸ ਆਫ ਦੀ ਹਾਈ ਕੋਰਟ, ਜਾਂ ਫਿਰ ਪ੍ਰੈਜੀਡੈਂਟ ਆਫ ਇੰਡੀਆ? ਤਾਂ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਹੈ, ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਏ। ਆਪਸ਼ਨ ਨੰਬਰ ਏ ਇਜ਼ ਦੀ ਕਰੈਕਟ ਆਂਸਰ ਕਿ ਗਵਰਨਰ ਆਫ ਦੀ ਸਟੇਟ ਜਿਹੜਾ ਕੀ ਹੁੰਦਾ ਹੈ, ਐਡਵੋਕੇਟ ਜਨਰਲ ਆਫ ਸਟੇਟ ਦੀ ਨਿਯੁਕਤੀ ਕਰਦਾ ਹੈ। ਤਾਂ ਇੱਕ ਹੋਰ ਹੁੰਦਾ, ਇਹ ਤਾਂ ਆ ਗਿਆ ਆਪਣੇ ਕੋਲ ਕਿਹਦੇ ਲੈਵਲ 'ਤੇ, ਇਹ ਆ ਗਿਆ ਆਪਣੇ ਕੋਲ ਸਟੇਟ ਲੈਵਲ 'ਤੇ। ਇੱਕ ਹੁੰਦਾ ਸੈਂਟਰ ਲੈਵਲ। ਤਾਂ ਸੈਂਟਰ ਲੈਵਲ ਜਿਹੜਾ ਹੁੰਦਾ, ਠੀਕ ਹੈ, ਸੈਂਟਰ ਲੈਵਲ 'ਤੇ ਕੌਣ ਹੁੰਦਾ? ਸੈਂਟਰ ਲੈਵਲ 'ਤੇ ਹੁੰਦਾ ਜੀ ਅਟਾਰਨੀ ਜਨਰਲ ਆਫ ਇੰਡੀਆ। ਤਾਂ ਅਟਾਰਨੀ ਜਨਰਲ ਆਫ ਇੰਡੀਆ ਜਿਹੜਾ ਹੁੰਦਾ, ਉਹਨੂੰ ਕੌਣ ਨਿਯੁਕਤ ਕਰਦਾ? ਇਹ ਸੀ ਆਪਣੇ ਕੋਲ ਐਡਵੋਕੇਟ ਜਨਰਲ ਆਫ ਸਟੇਟ। ਇਹਨੂੰ ਕੌਣ ਨਿਯੁਕਤ ਕਰਦਾ ਜੀ? ਗਵਰਨਰ। ਤਾਂ ਉਸੇ ਪਦਵੀ 'ਤੇ ਜਿਵੇਂ ਸਟੇਟ ਦੇ ਵਿੱਚ ਐਡਵੋਕੇਟ ਜਨਰਲ ਹੁੰਦਾ, ਉਵੇਂ ਸੈਂਟਰ ਲੈਵਲ 'ਤੇ ਕੌਣ ਹੁੰਦਾ ਜੀ? AGI, ਯਾਨੀ ਕਿ ਅਟਾਰਨੀ ਜਨਰਲ ਆਫ ਇੰਡੀਆ। ਤਾਂ ਇਹਨੂੰ ਕੌਣ ਨਿਯੁਕਤ ਕਰਦਾ ਜੀ? ਤਾਂ ਇਹਨੂੰ ਨਿਯੁਕਤ ਕਰਦਾ ਜੀ ਪ੍ਰੈਜੀਡੈਂਟ। ਤਾਂ ਨੈਕਸਟ ਕੁਸ਼ਚਨ ਹੈ ਆਪਣੇ ਕੋਲ, ਹੂ ਅਮੰਗ ਦੀ ਫੋਲੋਇੰਗ ਕੈਨ ਬੀ ਰਿਮੂਵਡ ਬਾਏ ਦੀ ਪ੍ਰੋਸੈਸ ਆਫ ਇੰਪੀਚਮੈਂਟ। ਤਾਂ ਮਹਾਂਦੋਸ਼ ਦੀ ਪ੍ਰਕਿਰਿਆ ਦੁਆਰਾ ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਹਟਾਇਆ ਜਾ ਸਕਦਾ ਹੈ? ਦੀ ਗਵਰਨਰ ਆਫ ਇੰਡੀਆ, ਦੀ ਪ੍ਰਾਈਮ ਮਿਨਿਸਟਰ ਆਫ ਇੰਡੀਆ, ਦੀ ਚੀਫ ਮਿਨਿਸਟਰ ਆਫ ਇੰਡੀਆ, ਦੀ ਪ੍ਰੈਜੀਡੈਂਟ ਆਫ ਇੰਡੀਆ। ਤਾਂ ਇੰਪੀਚਮੈਂਟ ਦੁਆਰਾ ਜਾਂ ਮਹਾਂਦੋਸ਼ ਦੀ ਪ੍ਰਕਿਰਿਆ ਦੁਆਰਾ ਕਿਸ ਨੂੰ ਹਟਾਇਆ ਜਾ ਸਕਦਾ ਹੈ?
ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ, ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਡੀ। ਆਪਸ਼ਨ ਨੰਬਰ ਡੀ ਇਜ਼ ਦੀ ਕਰੈਕਟ ਆਂਸਰ ਕਿ ਪ੍ਰੈਜ਼ੀਡੈਂਟ ਨੂੰ ਮਹਾਂਦੋਸ਼ ਦੁਆਰਾ ਹਟਾਇਆ ਜਾ ਸਕਦਾ ਹੈ। ਕਿਹੜੇ ਆਰਟੀਕਲ ਦੇ ਅੰਦਰ ਲਿਖਿਆ ਹੋਇਆ? ਤਾਂ ਉਹ ਲਿਖਿਆ ਹੋਇਆ ਜੀ 61, ਯਾਨੀ ਕਿ 61 ਨੰਬਰ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਹੈ ਕਿ ਪ੍ਰੈਜ਼ੀਡੈਂਟ ਦੀ ਇੰਪੀਚਮੈਂਟ। ਠੀਕ ਹੈ, ਤਾਂ ਪ੍ਰੈਜ਼ੀਡੈਂਟ ਨੂੰ ਮਹਾਂਦੋਸ਼ ਦੀ ਪ੍ਰਕਿਰਿਆ ਦੁਆਰਾ ਹਟਾਇਆ ਜਾ ਸਕਦਾ ਹੈ। ਅਤੇ ਨੈਕਸਟ ਕੁਸ਼ਚਨ ਹੈ ਆਪਣੇ ਕੋਲ, ਹੂ ਬਿਕਮ ਦੀ ਐਕਟਿੰਗ ਪ੍ਰਾਈਮ ਮਿਨਿਸਟਰ ਆਫ ਦੀ ਇੰਡੀਆ ਆਫਟਰ ਦੀ ਡੈਥ ਆਫ ਜਵਾਹਰ ਲਾਲ ਨਹਿਰੂ ਇਨ 1964। ਤਾਂ 1964 ਵਿੱਚ ਜਵਾਹਰ ਲਾਲ ਨਹਿਰੂ ਜੀ ਦੀ ਮੌਤ ਤੋਂ ਬਾਅਦ ਭਾਰਤ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਕੌਣ ਬਣਿਆ ਸੀ? ਬੀ ਪੀ ਸਿੰਘ, ਮੁਰਾਰਜੀ ਦਸਾਈ, ਗੁਲਜ਼ਾਰੀ ਲਾਲ ਨੰਦਾ ਜਾਂ ਫਿਰ ਚਰਨ ਸਿੰਘ? ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਹੈ ਜੀ, ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਸੀ ਕਿ ਗੁਲਜ਼ਾਰੀ ਲਾਲ ਨੰਦਾ ਜਿਹੜੇ ਸੀਗੇ, ਇਹ ਜਵਾਹਰ ਲਾਲ ਨਹਿਰੂ ਜੀ ਦੀ ਮੌਤ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਸੀ। ਨੈਕਸਟ ਕੁਸ਼ਚਨ ਹੈ ਆਪਣੇ ਕੋਲ, ਦੀ ਨੈਸ਼ਨਲ ਬੋਰਡ ਫੋਰ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਸ ਮੀਟਸ ਵੰਸ ਵੈਰੀ ਡੈਸ਼ ਮੰਥ ਇਨ ਦੀ ਈਅਰ। ਤਾਂ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਨੈਸ਼ਨਲ ਬੋਰਡ ਸਾਲ ਵਿੱਚ ਹਰ ਡੈਸ਼ ਮਹੀਨੇ ਵਿੱਚ ਇੱਕ ਵਾਰ ਮੀਟਿੰਗ ਕਰਦਾ ਹੈ? ਦੋ ਵਾਰ, 6 ਵਾਰ, 3 ਵਾਰ ਜਾਂ ਫਿਰ 9 ਵਾਰ? ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ, ਉਹ ਬਣ ਜਾਂਦਾ ਆਪਣੇ ਕੋਲ ਆਪਸ਼ਨ ਨੰਬਰ ਬੀ ਕਿ 6 ਵਾਰ। ਤਾਂ ਚੱਲਦੇ ਹਾਂ ਨੈਕਸਟ ਕੁਸ਼ਚਨ 'ਤੇ। ਨੈਕਸਟ ਕੁਸ਼ਚਨ ਹੈ ਆਪਣੇ ਕੋਲ, ਵੈਨ ਵਾਜ਼ ਦੀ ਬੈਕਵਰਡ ਐਂਡ ਮਾਇਨੋਰਿਟੀ ਕਮਿਟੀਜ਼ ਇੰਪਲੋਇਜ਼ ਫੈਡਰੇਸ਼ਨ BAMCEF ਐਸਟੈਬਲਿਸ਼ਡ ਇਨ ਇੰਡੀਆ? ਤਾਂ ਭਾਰਤ ਵਿੱਚ ਬੈਕਵਰਡ ਐਂਡ ਘੱਟ ਗਿਣਤੀ ਕਮਿਊਨਿਟੀਜ਼ ਇੰਪਲਾਈਜ਼ ਫੈਡਰੇਸ਼ਨ ਜਿਹੜੀ ਦੀ ਹੈ ਸੀ, ਇਸ ਦੀ ਸਥਾਪਨਾ ਕਦੋਂ ਕੀਤੀ ਗਈ ਸੀ? 1979 ਦੇ ਵਿੱਚ, 1980 ਦੇ ਵਿੱਚ, 1978 ਦੇ ਵਿੱਚ ਜਾਂ ਫਿਰ 1999 ਦੇ ਵਿੱਚ? ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ, ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਸੀ। ਆਪਸ਼ਨ ਨੰਬਰ ਸੀ ਇਸ ਦੀ ਕਰੈਕਟ ਆਂਸਰ ਕਿ 1978 ਦੇ ਵਿੱਚ ਜਿਹੜੀ ਸੀਗੀ ਇਸ ਦੀ ਸਥਾਪਨਾ ਕੀਤੀ ਗਈ ਸੀ। ਤਾਂ ਚੱਲਦੇ ਹਾਂ ਨੈਕਸਟ ਕੁਸ਼ਚਨ 'ਤੇ। ਤਾਂ ਨੈਕਸਟ ਹੈ ਆਪਣੇ ਕੋਲ, ਦੀ ਹਾਈ ਕੋਰਟ ਆਫ ਕੇਰਲਾ ਐਂਡ ਲਕਸ਼ਦੀਪ ਇਜ਼ ਸਿਚੁਏਟਡ ਐਟ। ਤਾਂ ਕੇਰਲ ਅਤੇ ਲਕਸ਼ਦੀਪ ਦੀ ਹਾਈ ਕੋਰਟ ਜਿਹੜੀ ਹੈਗੀ ਹੈ, ਉਹ ਕਿੱਥੇ ਸਥਾਪਿਤ ਹੈ, ਕਿਸ ਜਗ੍ਹਾ 'ਤੇ ਸਥਾਪਿਤ ਹੈ? ਅਤੇ ਇਸਦਾ ਜੋ ਆਪਣੇ ਕੋਲ ਕਰੈਕਟ ਆਂਸਰ ਹੈ ਜੀ, ਉਹ ਵੀ ਆਪਣੇ ਕੋਲ ਕੀ ਹੈਗੀ ਹੈ ਜੀ, ਆਪਸ਼ਨ ਨੰਬਰ ਸੀ ਕਿ ਜਿਹੜਾ ਕੇਰਲ ਅਤੇ ਲਕਸ਼ਦੀਪ ਦਾ ਹਾਈ ਕੋਰਟ ਹੈ ਕਿੱਥੇ ਸਥਿਤ ਹੈ ਜੀ, ਕੋਚੀ ਦੇ ਵਿੱਚ ਸਥਿਤ ਹੈ। ਤਾਂ ਆਪਣੇ ਇੰਡੀਆ ਦੇ ਵਿੱਚ ਟੋਟਲ ਸਟੇਟਸ ਕਿੰਨੀਆਂ ਨੇ? 28। ਬਟ ਟੋਟਲ ਹਾਈ ਕੋਰਟਸ ਕਿੰਨੀਆਂ ਨੇ? ਟੋਟਲ ਹਾਈ ਕੋਰਟਸ ਹੈਗੀਆਂ ਜੀ 25, ਕਿਉਂਕਿ ਜਿਹੜੀ ਇੱਕ ਹਾਈ ਕੋਰਟ ਹੁੰਦੀ ਹੈ ਉਹ ਇੱਕ ਤੋਂ ਜ਼ਿਆਦਾ ਸਟੇਟਸ ਨੂੰ ਆਪਣੇ ਅੰਦਰ ਰੱਖ ਸਕਦੀ ਹੈ। ਤਾਂ ਇਸੇ ਲਈ ਕੁਛ ਸਟੇਟਸ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਅੰਦਰ ਇੱਕ ਤੋਂ ਜ਼ਿਆਦਾ ਸਟੇਟਸ, ਕੁਛ ਹਾਈ ਕੋਰਟਸ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਅੰਦਰ ਇੱਕ ਤੋਂ ਜ਼ਿਆਦਾ ਸਟੇਟਸ ਆਉਂਦੀਆਂ ਨੇ। ਇਸ ਲਈ ਸਟੇਟਸ ਇੰਡੀਆ ਦੇ ਵਿੱਚ ਕਿੰਨੀਆਂ ਨੇ? 28, ਔਰ ਹਾਈ ਕੋਰਟ ਜਿਹੜੀ ਹੈਗੀਆਂ ਨੇ ਉਹ ਕਿੰਨੀਆਂ ਨੇ ਆਪਣੇ ਕੋਲ? 25। ਤਾਂ ਨੈਕਸਟ ਕੁਸ਼ਚਨ ਹੈ ਆਪਣੇ ਕੋਲ, ਵਿਚ ਆਫ ਦੀ ਫੋਲੋਇੰਗ ਕੰਟਰੀਜ਼ ਵਾਜ਼ ਦੀ ਅਰਲੀਐਸਟ ਟੂ ਗਿਵ ਵੂਮੈਨ ਦੀ ਰਾਈਟ ਟੂ ਵੋਟ? ਤਾਂ ਇਹਨਾਂ ਵਿੱਚੋਂ ਕਿਹੜਾ ਦੇਸ਼ ਸਭ ਤੋਂ ਪਹਿਲਾਂ ਦੇਣ ਵਾਲਾ ਸੀ ਔਰਤ ਨੂੰ ਵੋਟ ਦਾ ਅਧਿਕਾਰ? ਤਾਂ ਜੀ ਇਹਨਾਂ ਵਿੱਚੋਂ ਕਿਹੜੇ ਦੇਸ਼ ਨੇ ਸਭ ਤੋਂ ਪਹਿਲਾਂ ਜਿਹੜਾ ਸੀਗਾ ਔਰਤ ਨੂੰ ਵੋਟ ਦਾ ਅਧਿਕਾਰ ਦਿੱਤਾ ਸੀ? ਆਸਟ੍ਰੇਲੀਆ, ਫਰਾਂਸ, UK ਜਾਂ ਫਿਰ USA?
ਜਿਹੜਾ ਆਂਸਰ ਹੈ ਉਹ ਆਪਾਂ ਇਹਨਾਂ ਆਪਸ਼ਨਸ ਦੇ ਅਕੋਰਡਿੰਗ ਦੇਣਾ ਹੈ। ਤਾਂ ਆਪਸ਼ਨ ਦੇ ਅਕੋਰਡਿੰਗ ਜਿਹੜਾ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਏ, ਆਪਸ਼ਨ ਨੰਬਰ ਏ ਆਸਟ੍ਰੇਲੀਆ। ਆਸਟ੍ਰੇਲੀਆ ਨੇ ਜਿਹੜਾ ਸੀਗਾ ਸਭ ਤੋਂ ਪਹਿਲਾਂ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਸੀ, ਬਟ ਇਹ ਪਹਿਲੇ ਨੰਬਰ 'ਤੇ ਨਹੀਂ ਆਉਂਦਾ। ਇਹ ਆਪਾਂ ਆਪਸ਼ਨਸ ਦੇ ਅਕੋਰਡਿੰਗ ਦਿੱਤਾ ਵੀ ਇਹਨਾਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਸੀਗਾ ਆਸਟ੍ਰੇਲੀਆ ਨੇ ਔਰਤ ਨੂੰ ਵੋਟ ਦਾ ਅਧਿਕਾਰ ਦਿੱਤਾ ਸੀ। ਬਟ ਅਗਰ ਐਗਜੈਕਟਲੀ ਪੁੱਛਿਆ ਜਾਵੇ ਕਿ ਸਭ ਤੋਂ ਪਹਿਲਾਂ ਜਿਹੜਾ ਸੀਗਾ ਵੋਟ ਦਾ ਅਧਿਕਾਰ ਔਰਤ ਨੂੰ ਕਿਹੜੇ ਦੇਸ਼ ਨੇ ਦਿੱਤਾ ਸੀ, ਤਾਂ ਉਹ ਆਪਣੇ ਕੋਲ ਆ ਜਾਏਗਾ ਜੀ ਨਿਊਜ਼ੀਲੈਂਡ। ਨਿਊਜ਼ੀਲੈਂਡ ਤਾਂ ਸਭ ਤੋਂ ਪਹਿਲਾਂ ਜਿਹੜਾ ਸੀਗਾ ਸਭ ਤੋਂ ਪਹਿਲਾਂ ਜਿਹੜਾ ਸੀਗਾ ਔਰਤ ਨੂੰ ਵੋਟ ਦਾ ਅਧਿਕਾਰ ਕਿਸਨੇ ਦਿੱਤਾ ਸੀ, ਨਿਊਜ਼ੀਲੈਂਡ ਨੇ ਦਿੱਤਾ ਸੀ। ਤਾਂ ਚੱਲਦੇ ਹਾਂ ਨੈਕਸਟ ਕੁਸ਼ਚਨ 'ਤੇ। ਨੈਕਸਟ ਕੁਸ਼ਚਨ ਹੈ ਆਪਣੇ ਕੋਲ, ਹੂ ਵਾਜ਼ ਦੀ ਫਸਟ ਚੀਫ ਜਸਟਿਸ ਆਫ ਇੰਡੀਪੈਂਡੈਂਟ ਇੰਡੀਆ, ਕਿ ਆਜ਼ਾਦ ਭਾਰਤ ਦਾ ਪਹਿਲਾ ਚੀਫ ਜਸਟਿਸ ਕੌਣ ਸੀ? ਬੀ ਕੇ ਮੁਖਰਜੀ, ਐੱਸ ਆਰ ਦਾਸ, ਐੱਮ ਪਤੰਜਲੀ ਸ਼ਾਸਤਰੀ, ਜਾਂ ਫਿਰ ਹਰੀ ਲਾਲ ਜੇ ਖਾਨੀਆ। ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ, ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਡੀ, ਆਪਸ਼ਨ ਨੰਬਰ ਡੀ, ਹਰੀ ਲਾਲ ਜੀ ਕਾਨੀਆ। ਨੈਕਸਟ ਕੁਸ਼ਚਨ 'ਤੇ ਚੱਲਦੇ ਹਾਂ। ਹੂ ਵਾਜ਼ ਦੀ ਫਸਟ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆਫ ਇੰਡੀਆ, ਕਿ ਭਾਰਤ ਦਾ ਪਹਿਲਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਕੌਣ ਸੀ? ਭਾਰਤ ਦਾ ਪਹਿਲਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਕੌਣ ਸੀ? ਪੰਕਜ ਸਿੰਘ, ਮਨਮੋਹਨ ਸਿੰਘ, ਪ੍ਰੋਫੈਸਰ ਰਜਿੰਦਰ ਖੰਨਾ, ਜਾਂ ਫਿਰ ਬ੍ਰਾਜੇਸ਼ ਮਿਸ਼ਰਾ। ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ, ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਡੀ, ਆਪਸ਼ਨ ਨੰਬਰ ਡੀ ਇਜ਼ ਦੀ ਕਰੈਕਟ ਆਂਸਰ, ਕਿ ਬ੍ਰਾਜੇਸ਼ ਮਿਸ਼ਰਾ ਜਿਹੜੇ ਸੀਗੇ ਇਹ ਭਾਰਤ ਦੇ ਪਹਿਲੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਨ। ਤਾਂ ਨੈਕਸਟ ਕੁਸ਼ਚਨ ਹੈ ਆਪਣੇ ਕੋਲ, ਵਨ ਦੀ ਔਨ ਦੀ ਨਾਈਟ ਆਫ 1975 ਇੰਦਰਾ ਗਾਂਧੀ ਰਿਕਮੈਂਡਡ ਦੀ imposition of emergency to President Fakhruddin Ali Ahmed, ਕਿ ਡੈਸ਼ 1975 ਦੀ ਰਾਤ ਨੂੰ ਇੰਦਰਾ ਗਾਂਧੀ ਨੇ ਰਾਸ਼ਟਰਪਤੀ ਫਕਰੂਦੀਨ ਅਲੀ ਅਹਿਮਦ ਨੂੰ ਐਮਰਜੈਂਸੀ ਲਗਾਉਣ ਦੀ ਸਿਫਾਰਿਸ਼ ਕੀਤੀ ਸੀ, 1 ਜੂਨ ਨੂੰ, 22 ਮਈ ਨੂੰ, 25 ਜੂਨ ਨੂੰ, ਜਾਂ ਫਿਰ 1 ਜੁਲਾਈ ਨੂੰ। ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ, ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਸੀ, ਕਿ 25 ਜੂਨ ਨੂੰ ਜਿਹੜਾ ਸੀਗਾ ਉਹ ਐਮਰਜੈਂਸੀ ਲਗਾਈ ਗਈ ਸੀ 1975 ਦੇ ਵਿੱਚ। ਤਾਂ ਹੁਣ ਤੱਕ ਆਪਾਂ ਗੱਲ ਕਰਕੇ ਆਏ ਸੀ ਪਿਛਲੇ ਕੁਸ਼ਚਨ ਦੇ ਵਿੱਚ ਐਮਰਜੈਂਸੀ, ਇਹ ਕਿਹੜੀ ਐਮਰਜੈਂਸੀ ਹੈ ਜੀ? ਨੈਸ਼ਨਲ ਐਮਰਜੈਂਸੀ। ਤਾਂ ਨੈਸ਼ਨਲ ਐਮਰਜੈਂਸੀ ਜਿਹੜੀ ਹੈਗੀ ਹੈ ਹੁਣ ਤੱਕ ਇੰਡੀਆ ਦੇ ਵਿੱਚ ਕਿੰਨੀ ਵਾਰ ਲੱਗ ਚੁੱਕੀ ਹੈ? 3 ਵਾਰ ਲੱਗ ਚੁੱਕੀ ਹੈ। ਸਭ ਤੋਂ ਪਹਿਲਾਂ ਕਦੋਂ ਲੱਗੀ ਸੀ? ਪਹਿਲੀ ਵਾਰ ਲੱਗੀ ਸੀ 1961 ਦੇ ਵਿੱਚ, ਦੂਸਰੀ ਵਾਰ ਲੱਗੀ ਸੀ 1965 ਦੇ ਵਿੱਚ, ਔਰ ਤੀਸਰੀ ਵਾਰ ਕਦੋਂ ਲੱਗੀ ਸੀ ਜੀ? 1975 ਦੇ ਵਿੱਚ। ਤਾਂ ਚੱਲਦੇ ਹਾਂ ਨੈਕਸਟ ਕੁਸ਼ਚਨ 'ਤੇ। ਨੈਕਸਟ ਕੁਸ਼ਚਨ ਹੈ ਆਪਣੇ ਕੋਲ, ਵਟ ਡਜ਼ ਦੀ ਰਾਈਟ ਆਫ ਮੈਂਡਮਸ ਮੀਨਸ, ਕਿ ਮੈਂਡਮਸ ਜਿਹੜਾ ਸੀ ਦੀ ਲਿਖਤ ਦਾ ਅਰਥ ਕੀ ਹੈ? ਬਾਏ ਵਟ ਫਰੰਟਸ ਵੀ ਕਮਾਂਡ ਟੂ ਬੀ ਸਰਟੀਫਾਈਡ ਯੂ ਮੇ ਹੈਵ ਦੀ ਬੋਡੀ। ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਹੈ ਜੀ, ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਬੀ ਇਜ਼ ਦੀ ਕਰੈਕਟ ਆਂਸਰ, ਕਿ ਜਿਹੜਾ ਹੈਗਾ ਮੰਡਮਸ ਹੈ ਉਸਦੀ ਲਿਖਤ ਦਾ ਅਰਥ ਕੀ ਹੈ? ਵੀ ਕਮਾਂਡ। ਤਾਂ ਨੈਕਸਟ ਕੁਸ਼ਚਨ ਹੈ ਆਪਣੇ ਕੋਲ, ਹੂ ਅਮੰਗ ਦੀ ਫੋਲੋਇੰਗ ਪ੍ਰਜੈਂਟਡ ਦੀ ਯੂਨੀਅਨ ਬਜਟ ਆਫ ਇੰਡੀਆ ਫੋਰ ਮੈਕਸੀਮਮ ਟਾਈਮ, ਹੇਠ ਦਿੱਤੇ ਵਿੱਚੋਂ ਕਿਸ ਨੇ ਭਾਰਤ ਦਾ ਕੇਂਦਰੀ ਬਜਟ ਸਭ ਤੋਂ ਵੱਧ ਵਾਰ ਪੇਸ਼ ਕੀਤਾ ਸੀ?
ਕਿਸਨੇ ਸਭ ਤੋਂ ਵੱਧ ਵਾਰ ਪੇਸ਼ ਕੀਤਾ ਸੀ, ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਬਣ ਜਾਂਦਾ ਹੈ ਆਪਸ਼ਨ ਨੰਬਰ ਸੀ। ਆਪਸ਼ਨ ਨੰਬਰ ਸੀ ਇਸ ਦੀ ਕਰੈਕਟ ਆਂਸਰ ਕਿ ਮੋਰਾਰਜੀ ਦੇਸਾਈ ਜੀ ਜਿਹੜੇ ਸੀਗੇ ਇਹਨਾਂ ਨੇ ਭਾਰਤ ਦਾ ਕੇਂਦਰੀ ਬਜਟ ਸਭ ਤੋਂ ਵੱਧ ਵਾਰ ਪੇਸ਼ ਕੀਤਾ ਸੀ। ਕਿੰਨੀ ਵਾਰ ਪੇਸ਼ ਕੀਤਾ ਸੀ? 10 ਵਾਰ ਪੇਸ਼ ਕੀਤਾ ਸੀ। ਤਾਂ ਚੱਲਦੇ ਹਾਂ ਨੈਕਸਟ ਕੁਸ਼ਚਨ 'ਤੇ। ਨੈਕਸਟ ਹੈ ਆਪਣੇ ਕੋਲ ਅੰਡੇਮਾਨ ਐਂਡ ਨਿਕੋਬਾਰ ਜੁਰੀਡਿਕਸ਼ਨ ਕਮਸ ਅੰਡਰ ਵਿੱਚ ਹਾਈ ਕੋਰਟ। ਤਾਂ ਅੰਡੇਮਾਨ ਐਂਡ ਨਿਕੋਬਾਰ ਅਧਿਕਾਰ ਖੇਤਰ ਜਿਹੜਾ ਹੈਗਾ ਹੈ ਉਹ ਕਿਸ ਹਾਈ ਕੋਰਟ ਦੇ ਅਧੀਨ ਆਉਂਦਾ ਹੈ? ਆਂਧਰਾ ਪ੍ਰਦੇਸ਼, ਕੋਲਕਾਤਾ, ਮਦਰਾਸ ਜਾਂ ਫਿਰ ਉੜੀਸਾ? ਤਾਂ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਹੈ ਜੀ ਉਹ ਆਪਣੇ ਕੋਲ ਬਣ ਜਾਂਦਾ ਹੈ ਆਪਸ਼ਨ ਨੰਬਰ ਬੀ। ਤਾਂ ਅੰਡੇਮਾਨ ਨਿਕੋਬਾਰ ਜਿਹੜਾ ਹੈਗਾ ਉਹ ਕਿਹੜੀ ਹਾਈ ਕੋਰਟ ਦੇ ਅੰਦਰ ਆਉਂਦਾ ਹੈ? ਕੋਲਕਾਤਾ ਹਾਈ ਕੋਰਟ ਦੇ ਅੰਦਰ ਆਉਂਦਾ ਹੈ। ਨੈਕਸਟ ਕੁਸ਼ਚਨ ਹੈ ਆਪਣੇ ਕੋਲ, ਇਨ ਵਿੱਚ ਈਅਰ ਦੀ ਯੂਨੀਅਨ ਐਂਡ ਰੇਲਵੇ ਬਜਟਸ ਵੇਅਰ ਮਰਜਡ। ਤਾਂ ਕਿਸ ਸਾਲ ਯੂਨੀਅਨ ਅਤੇ ਰੇਲਵੇ ਬਜਟਸ ਨੂੰ ਮਿਲਾ ਦਿੱਤਾ ਗਿਆ ਸੀ? 2017 ਦੇ ਵਿੱਚ, 2016 ਦੇ ਵਿੱਚ, 2018 ਦੇ ਵਿੱਚ ਜਾਂ ਫਿਰ 2015 ਦੇ ਵਿੱਚ? ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਬਣ ਜਾਂਦਾ ਹੈ ਆਪਸ਼ਨ ਨੰਬਰ ਬੀ। ਆਪਸ਼ਨ ਨੰਬਰ ਬੀ 2016 ਦੇ ਵਿੱਚ ਜਿਹੜਾ ਸੀਗਾ ਯੂਨੀਅਨ ਅਤੇ ਰੇਲਵੇ ਬਜਟ ਨੂੰ ਮਿਲਾ ਦਿੱਤਾ ਗਿਆ ਸੀ। ਨੈਕਸਟ ਕੁਸ਼ਚਨ ਹੈ ਆਪਣੇ ਕੋਲ, ਦੀ ਫਸਟ ਡਿਫੈਂਸ ਮਿਨਿਸਟਰ ਆਫ ਇੰਡੀਪੈਂਡੈਂਟ ਇੰਡੀਆ ਵਾਸ। ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਕੌਣ ਸਨ? ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਕੌਣ ਸਨ? ਸੀ ਰਾਜਾ ਗੋਪਾਲਚਾਰੀ ਜੀ, ਬਲਦੇਵ ਸਿੰਘ, ਸ਼੍ਰੀ ਜਗ ਜੀਵਨ ਰਾਮ ਜਾਂ ਫਿਰ ਸਰਦਾਰ ਵੱਲਭ ਭਾਈ ਪਟੇਲ? ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਂਸਰ ਬਣ ਜਾਂਦਾ ਜੀ ਉਹ ਆਪਣੇ ਕੋਲ ਬਣ ਜਾਂਦਾ ਆਪਸ਼ਨ ਨੰਬਰ ਬੀ ਕਿ ਜਿਹੜੇ ਬਲਦੇਵ ਸਿੰਘ ਜੀ ਜਿਹੜੇ ਸੀਗੇ ਇਹ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਪਹਿਲੇ ਰੱਖਿਆ ਮੰਤਰੀ ਸਨ। ਤਾਂ ਥੈਂਕਸ ਫੋਰ ਵਾਚਿੰਗ। ਤਾਂ ਅੱਜ ਦੀ ਕਲਾਸ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਤਾਂ ਅਗਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਔਰ ਬੈੱਲ ਆਈਕਨ ਵਾਲੀ ਘੰਟੀ ਨੂੰ ਨਾ ਦਬਾਉਣਾ ਭੁੱਲਿਓ। ਤਾਂ ਇਸ ਨੂੰ ਦੂਰ ਦਬਾ ਲੈਣਾ ਤਾਂ ਕਿ ਆਉਂਦੀ ਜਾਂਦੀ ਹੋਈ ਵੀਡੀਓਜ਼ ਦੀ ਨੋਟੀਫਿਕੇਸ਼ਨ ਜਿਹੜੀ ਹੈਗੀ ਆ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ, ਔਰ ਵੀਡੀਓ ਨੂੰ ਕਰ ਦੇਣਾ ਲਾਈਕ ਔਰ ਸ਼ੇਅਰ। ਥੈਂਕਸ ਫੋਰ ਵਾਚਿੰਗ।